ਅਤੇ ਸਮੂਹ ਮਾਘੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਅਤੇ ਖੁਸ਼ਹਾਲੀ ਭਰਿਆ ਹੋਵੇ। ਜਿੱਥੇ ਗੁਰਦੁਆਰਾ ਧਰਮਸ਼ਾਲਾ ਸਥਾਪਿਤ ਬਣੀ ਪਈ ਹੈ ਇੱਥੇ ਉਹ ਠਹਿਰੇ ਸੀ। ਔਰ ਯਾਨੀ ਕਿ ਧਾਰਮਿਕ ਪੱਖ ਜੋ ਹੈ ਇਤਿਹਾਸਕ ਪੱਖ ਹੈ ਉਹ ਵੀ ਸਟੇਟ ਗੁਰਦੁਆਰਾ ਕਪੂਰਥਲੇ ਦੇ ਨਾਲ ਜੁੜਿਆ ਪਿਆ ਹੈ। ਬਹੁਤ ਸਾਰੀਆਂ ਸੰਗਤਾਂ ਇੱਥੇ ਦਿਨ ਭਰ ਆਉਂਦੀਆਂ ਨੇ, ਲੰਗਰ ਪ੍ਰਸ਼ਾਦਾ ਛਕਦੀਆਂ ਨੇ ਔਰ ਇੱਥੇ ਆਣ ਕਰਕੇ ਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਹਰ ਵੇਲੇ ਕੀਰਤਨ ਦਾ ਪਹਿਲਾ ਚੱਲਦਾ ਰਹਿੰਦਾ ਹੈ ਔਰ ਹਰ ਪ੍ਰਕਾਰ ਹਰ ਪੱਖੋਂ ਜਿਹੜਾ ਹੈ ਸੰਗਤ ਦਾ ਜਿਹੜਾ ਹੈ ਉਹ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ। ਹਾਂਜੀ ਭਾਈ ਸਾਹਿਬ ਜੀ, ਉਹਦੀ ਬਾਈਟ ਠੀਕ ਹੈ। ਗੁਰਪੁਰਬ ਸਭ ਸੰਗਤਾਂ ਨੂੰ ਭਾਈ ਬੇਨਤੀਆਂ ਨੇ ਕਿ ਜਿਵੇਂ ਦਸਮ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਜੋ ਕਿ 15 ਤਰੀਕ ਤੋਂ ਲੈ ਕੇ 17 ਤਰੀਕ ਤੱਕ ਲਗਾਤਾਰ ਸੰਗਤਾਂ ਲਈ ਪਹੁੰਚਣਾ ਹੈ ਇੱਥੇ। ਇਹਦੇ ਸੰਬੰਧ ਦੇ ਵਿੱਚ ਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ 15 ਤਰੀਕ ਨੂੰ ਮਹਾਨ ਨਗਰ ਕੀਰਤਨ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਔਰ ਇੱਥੇ ਸ਼੍ਰੋਮਣੀ ਕਮੇਟੀ ਦੇ ਜੋ ਕਿ ਮੈਂਬਰ ਸਾਹਿਬਾਨ ਨੇ ਸਰਦਾਰ ਜਰਨੈਲ ਸਿੰਘ ਜੀ ਡੋਗਰਾਂ ਵਾਲ ਉਹਨਾਂ ਦੀ ਅਗਵਾਈ ਹੇਠ ਜੋ ਕਿ ਸਮੁੱਚਾ ਪ੍ਰਬੰਧ ਚੱਲ ਰਿਹਾ ਹੈ ਔਰ ਇਹਦੇ ਵਿੱਚ ਜੋ ਕਿ ਮਾਘੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ 40 ਮੁਕਤੀਆਂ ਦੀ ਯਾਦ ਵਿੱਚ। ਸੋ 40 ਮੁਕਤੀਆਂ ਦੀ ਯਾਦ ਵਿੱਚ ਪਿਆਰਿਓ ਇੱਕ ਤੇ ਨਾਲ ਇਹ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀਆਂ ਨੇ ਕਿ ਆਪਣੇ ਜਿੰਨੇ ਵੀ ਬੱਚੇ ਨੇ ਨੌਜਵਾਨ ਭਵਿੱਖ ਆਉਣ ਵਾਲਾ ਹੈ ਸਾਡਾ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਉਹਨਾਂ ਨੂੰ ਪ੍ਰੇਰਨਾ ਜਿਹੜੀ ਹੈ ਜ਼ਰੂਰੀ ਹੈ ਦੇਣੀ ਔਰ ਸਤਿਗੁਰੂ ਜੀ ਦਾ ਨਾਲ ਇਤਿਹਾਸ ਵੀ ਦੱਸਣਾ ਹੈ ਕਿ ਕਿਵੇਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਦਾ ਜਾਮ ਪੀ ਗਏ ਨੇ ਔਰ ਕਿਵੇਂ ਮਾਘੀ ਦੇ ਵਿੱਚ 40 ਮੁਕਤੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਲੜਦਿਆਂ ਹੋਇਆਂ ਕਿਵੇਂ ਸ਼ਹੀਦੀਆਂ ਦਾ ਜਾਮ ਪੀਤਾ ਹੈ ਔਰ ਜਿੱਥੇ ਲਗਾਤਾਰ ਸਮੇਂ ਦੇ ਮੁਤਾਬਕ ਦੇਖਿਆ ਜਾਵੇ ਕਿ ਲਗਾਤਾਰ ਨਸ਼ਾ ਵੱਧ ਰਿਹਾ ਹੈ। ਸਰਕਾਰਾਂ ਜੋ ਕਿ ਹਮੇਸ਼ਾ ਇਹ ਚਾਹੁੰਦੀਆਂ ਨੇ ਕਿ ਸਮੇਂ ਦੇ ਮੁਤਾਬਕ ਹੀ ਆਉਣ ਵਾਲੇ ਨੌਜਵਾਨ ਕੋਈ ਹੱਕ ਦੀ ਸੱਚ ਦੀ ਗੱਲ ਨਾ ਕਰਨ, ਇਸੇ ਕਰਕੇ ਇਹ ਲੋੜ ਹੈ ਆਪਾਂ ਨੂੰ ਸੁਚੇਤ ਹੋਣ ਦੀ ਸੋਚਣ ਦੀ ਕਿ ਆਪਣੇ ਨੌਜਵਾਨ ਵਾਲੇ ਆਉਣ ਵਾਲੇ ਸਮੇਂ ਨੂੰ ਕਿਵੇਂ ਸਾਂਭਣਾ ਹੈ, ਆਉਣ ਵਾਲੇ ਭਵਿੱਖ ਨੂੰ ਅਸੀਂ ਕਿਵੇਂ ਜਿਹੜਾ ਹੈ ਅਗਾਂਹ ਸੇਧ ਦੇਣੀ ਹੈ। ਸੋ ਇਸ ਵਾਸਤੇ ਜ਼ਰੂਰੀ ਬਣ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰੂ ਦੇ ਪ੍ਰਤੀ ਗੱਲਾਂ ਦੱਸੀਏ, ਇਤਿਹਾਸ ਦੱਸੀਏ, ਗੁਰਬਾਣੀ ਨਾਲ ਜੋੜੀਏ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ ਜਿਹੜਾ ਹੈ ਆਪਣੇ ਬੱਚਿਆਂ ਨੂੰ ਇਹ ਪ੍ਰਯਤਨ ਕਰੀਏ। ਸੋ ਨਾਲ ਇਹ ਵੀ ਬੇਨਤੀਆਂ ਜਿਹੜੀਆਂ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਜਿਵੇਂ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੁਆਰਾ ਇੱਥੇ ਪ੍ਰਬੰਧ ਚਲਾਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੁਆਰਾ ਇੱਥੇ ਜਿਹੜਾ ਹੈ ਲਗਾਤਾਰ ਪ੍ਰਬੰਧ ਚੱਲ ਰਿਹਾ ਹੈ ਔਰ ਇੱਥੇ ਸਾਡੇ ਜੋ ਕਿ ਅਤਿ ਸਤਿਕਾਰਯੋਗ ਮੈਨੇਜਰ ਸਾਹਿਬ ਜੋ ਕਿ ਸੁਰਿੰਦਰ ਸਿੰਘ ਬਾਜਵਾ ਜੀ ਜੋ ਕਿ ਉਹਨਾਂ ਦੇ ਦੇਖ ਕੇ ਰੇਖ ਹੇਠ ਇੱਥੇ ਪ੍ਰਬੰਧ ਲਗਾਤਾਰ ਚੱਲਦਾ ਪਿਆ ਹੈ ਔਰ ਇੱਥੇ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਜਿਹੜੀਆਂ ਸੰਗਤਾਂ ਨੇ ਸ਼ਹਿਰ ਦੀਆਂ ਲਗਾਤਾਰ ਸਾਡਾ ਸਾਥ ਦੇ ਰਹੀਆਂ ਨੇ ਜਿਹਦਾ ਕਰਕੇ ਇੱਥੇ ਲਗਾਤਾਰ ਲੰਗਰ ਦਾ ਪ੍ਰਬੰਧ ਸਲਾਵਾਂ ਦਾ ਪ੍ਰਬੰਧ ਚੱਲ ਰਿਹਾ ਹੈ ਔਰ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਵੀ ਇੱਥੇ ਸਲਾਵਾਂ ਦੇ ਵਿੱਚ ਲਗਾਤਾਰ ਕਮਰੇ ਬਣਾਏ ਜਾ ਰਹੇ ਨੇ, ਅਖੰਡ ਪਾਠਾਂ ਵਾਸਤੇ ਵੀ ਕੈਬਿਨ ਲਗਾਤਾਰ ਤਿਆਰ ਹੋ ਰਹੇ ਨੇ ਔਰ ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਸੀ ਕਿ ਬਿਨ ਸ਼ਸਤਰ ਕੇ ਸੰਗ ਨਾ ਦੇਵੋ ਦਿਦਾਰੇ, ਇਹ ਮੁਰ ਆਗਿਆ ਸੁਣੋ ਰੇ ਪਿਆਰੇ। ਲੋੜ ਹੈ ਕਿ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਜੋ ਕਿ ਜਿਵੇਂ ਗੁਰੂ ਦੇ ਨਾਲ ਜੋੜਦੇ ਹਾਂ ਨਾਲ ਉਹਨਾਂ ਨੂੰ ਸਿੱਖਿਆ ਵੀ ਦੇਣੀ ਹੈ
ਕਿ ਸ਼ਸਤਰ ਦੇ ਨਾਲ ਪਿਆਰ ਕਰਨਾ ਹੈ ਕਿਉਂਕਿ ਅਸਕਰ ਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸੈਲ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਸ਼ਸਤਰਾਂ ਦੇ ਨਾਲ ਹੀ ਜਿਹੜਾ ਹੈ ਕੋਈ ਵੀ ਦੁਨੀਆਂ ਦੀ ਕਲਮ ਦੁਨੀਆਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਸ਼ਸਤਰਾਂ ਤੋਂ ਬਗੈਰ ਨਹੀਂ ਚੱਲ ਸਕਦਾ। ਇੱਕ ਜੱਜ ਦਾ ਜਿਹੜਾ ਹੈ ਉਹ ਹੁਕਮ ਵੀ ਤਾਂ ਹੀ ਚੱਲ ਸਕਦਾ ਹੈ ਜੇ ਉਹਦੇ ਪਿੱਛੇ ਸ਼ਸਤਰ ਹੋਣ ਹਥਿਆਰ ਹੋਣ। ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਗੁਰਬਾਣੀ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਨਾਲ ਸ਼ਸਤਰਾਂ ਦੀ ਜਿਹੜੀ ਮਹਾਨਤਾ ਹੈ ਉਹ ਵੀ ਦੱਸਣੀ ਹੈ ਜੀ ਸਾਧ ਸੰਗਤ ਜੀਓ। ਸੋ ਇਹ ਸਭ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸੋ ਆਪਾਂ ਗੁਰਦੁਆਰਾ ਸਟੇਟ ਕਪੂਰਥਲੇ ਦੇ ਵਿੱਚ ਖੜੇ ਹਾਂ ਜਿਹਨੂੰ ਰਾਜੇ ਮਹਾਰਾਜਿਆਂ ਦੇ ਵਿੱਚੋਂ ਰਾਜਾ ਜਗਜੀਤ ਸਿੰਘ ਨੇ ਦਾ ਨਿਰਮਾਣ ਕੀਤਾ ਸੀ ਔਰ ਧਰਮ ਦੇ ਮੁਤਾਬਕ ਉਹਨਾਂ ਨੇ ਚਾਰ ਸੰਸਥਾਵਾਂ, ਇੱਕ ਤੇ ਮਸੀਤ, ਇੱਕ ਪੰਜ ਮੰਦਰੀ, ਇੱਕ ਸਰਬ ਸਾਂਝੀ ਵਾਲ ਦਾ ਪ੍ਰਤੀਕ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ ਔਰ ਜਿਹੜਾ ਰਾਜਾ ਜਗਜੀਤ ਸਿੰਘ ਦਾ ਮਹਿਲ ਸੀ ਉਹ ਇੱਥੋਂ ਚੜ੍ਹਦੇ ਬੰਨੇ ਨੂੰ ਸੀ। ਇਸੇ ਕਰਕੇ ਇਸ ਗੁਰਦੁਆਰੇ ਦਾ ਜਿਹੜਾ ਦਰਵਾਜ਼ਾ ਵੀ ਹੈ ਉਹ ਚੜ੍ਹਦੇ ਬੰਨੇ ਯਾਨੀ ਕਿ ਪੂਰਬ ਦਿਸ਼ਾ ਵੱਲੋਂ ਜਿਹੜਾ ਹੈ ਸਥਾਪਿਤ ਕੀਤਾ ਗਿਆ ਔਰ ਸਟੇਟ ਗੁਰਦੁਆਰੇ ਦਾ ਅਗਰ ਇਤਿਹਾਸ ਵੀ ਦੇਖਿਆ ਜਾਵੇ ਤੇ ਭਾਈ ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਜੀ ਲਿਖਦੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਦੂਸਰੀ ਉਦਾਸੀ ਦੇ ਵਿੱਚ ਦੀ ਗੁਜ਼ਰ ਰਹੇ ਸਨ ਉਸ ਵੇਲੇ ਉਹਨਾਂ ਨੇ